ਦੇਖਿਆ ਤੈਨੂੰ ਪਤਾ ਫੇਵਰੇਟ ਇਹਨਾਂ ਨੇ ਬਣਾਇਆ ਹਾਂਜੀ ਸਰ ਨਹੀਂ ਤੇ ਇਹਨਾਂ ਦੇ ਉੱਧਰ ਤਾਂ ਟੀਵੀ ਵੀ ਨਹੀਂ ਹੁੰਦਾ ਅੱਛਾ ਮੇਰੀ ਗੱਲ ਸੁਣੋ ਭੂਤ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਹੋ ਤੁਹਾਡੇ ਮੰਨਣ ਤੇ ਅਸੀਂ ਮੰਨ ਲੈਂਦੇ ਕਿ ਬਈ ਭੂਤ ਤੁਸੀਂ ਮੇਰਾ ਖੂਨ ਪੀਣ ਨੂੰ ਜੀ ਕਰਦਾ ਹੈ ਖੂਨ ਪੀਣ ਨੂੰ ਜੀ ਕਰਦਾ ਕਿਹੜਾ ਫਲੇਵਰ ਉਸ ਤੋਂ ਪਹਿਲਾਂ ਥੋੜਾ ਨਾਲੀ ਦਾ ਪਾਣੀ ਪੀਓਗੇ ਥੋੜਾ ਐਜ਼ ਅ ਸਟਾਰਟਰ ਥੋੜਾ ਜਿਹਾ ਸਮ ਟਾਈਮ ਨਹੀਂ ਹੁੰਦਾ ਹੌਲੀ ਹੌਲੀ ਫਿਰ ਬਾਅਦ ਚ ਬੰਦਾ ਉਹ ਕਿਹੜੇ ਜਾਨਵਰ ਦਾ ਨਹੀਂ ਨਹੀਂ ਜਾਨਵਰ ਦਾ ਨਹੀਂ ਨਾਲੀ ਸੂਪ ਨਾਲੀ ਸੂਪ ਓ ਬੜਾ ਟੇਸਟੀ ਆ ਯੂ ਲਵ ਇਟ ਹੈ ਨਾ ਯਾ ਲਵ ਇਟ ਸਰ ਭੂਤਾਂ ਦੇ ਸ਼ੇਕ ਕਿੱਦਾਂ ਦੇ ਹੁੰਦੇ ਨੇ ਨਾਲੀ ਸ਼ੇਕ ਹਾਂ ਹਾਂ ਗਾਰਾ ਸ਼ੇਕ ਗਾਰਾ ਸ਼ੇਕ ਚਿਕੜ ਸ਼ੇਕ ਹਾਂ ਗਾਰਾ ਵਿਦ ਬਜਰੀ ਥੋੜੀ ਉੱਪਰ ਬਜਰੀ ਪਾ ਦਿੰਦੇ ਹੋਣੇ ਅੱਛਾ ਅੱਛਾ ਲਿਆਓ ਲਿਆਓ ਜਲਦੀ ਲਿਆਓ 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 ਦਾ ਕੀਮਤ ਸਾਨੂੰ ਪੈਸੇ ਫੜਾਏ ਆ ਤੂੰ ਪੈਸੇ ਪੈਸੇ ਇਹ ਤਾਂ ਨਾ ਕਰੋ ਅਸੀਂ ਤੁਹਾਨੂੰ ਉੱਥੇ ਵੱਡੇ ਨਾਲੇ ਸਿੱਧੇ ਗੋਤੇ ਦਵਾ ਦਨੇ ਤੁਹਾਨੂੰ ਕੋਈ ਉੱਥੇ ਲੋੜ ਨਹੀਂ ਪੈਸੇ ਸਾਡੇ ਚ ਹਲੋ ਇਹ ਕੀ ਹੈ ਲੌਕਰ ਦੀ ਚਾਬੀ ਵਾਹ ਜੀ ਵਾਹ ਇਹ ਕਿਹੜੇ ਲੌਕਰ ਦੀ ਚਾਬੀ ਹੈ ਇਹ ਜਿਸਰ ਮੈਨੂੰ ਪਤਾ ਗੋਰੇ ਹੋਣ ਵਾਲੇ ਕਰੀਮ ਪਈ ਆ ਤੇ ਫਿਰ ਲਾਂਦਾ ਕਿਉਂ ਨਹੀਂ ਸਿਰ ਲਾਈ ਕੋਈ ਪਤਾ ਨਹੀਂ ਉਹ ਮੈਂ ਭੂਤ ਆ ਸਾਨੂੰ ਕਰੀਮਾਂ ਦੀ ਲੋੜ ਨਹੀਂ ਪੈਂਦੀ ਨਾ ਅਸੀਂ ਰੋਟੀ ਖਾਣੇ ਆ ਖਾਸ ਹੋ ਤੇ ਹੁਣ ਕੀ ਮੰਗਣ ਡਿਆ ਫਿਰ ਤੂੰ ਜੂਸ ਤੂੰ ਖੂਨ ਮੰਗਣ ਡਿਆ ਖੂਨ ਕਿਉਂ ਪੀਣਾ ਹੈ ਤੂੰ ਉਹ ਤਾਂ ਸਾਡੀ ਖੁਰਾਕ ਹੈ ਅੱਛਾ ਜਿਹੜੀਆਂ ਮੇਰੀਆਂ ਜਿਉਂਦੀਆਂ ਜਾਗਦੀਆਂ ਬਾਵਾਂ ਆ ਮੇਰੀ ਲੱਤ ਆ ਇਹਨਾਂ ਨੂੰ ਚਾਹੀਦਾ ਮੇਰੇ ਮੂੰਹ ਨੂੰ ਚਾਹੀਦਾ ਅੱਛਾ ਮੇਰੀ ਗੱਲ ਸੁਣ ਖੁਰਾਕ ਤੈਨੂੰ ਚਾਹੀਦੀ ਹੈ ਜੇ ਤੈਨੂੰ ਪਤਾ ਸੀਗਾ ਕਿ ਤੈਨੂੰ ਖੂਨ ਖੁਰਾਕ ਚਾਹੀਦੀ ਹੈ ਫਿਰ ਤੂੰ ਲੈ ਕੇ ਆਉਂਦਾ ਖੂਨ ਫਿਰ ਸਾਨੂੰ ਇੱਥੇ ਆ ਕੇ ਤੂੰ ਸਾਨੂੰ ਕਹਿਣ ਲੱਗ ਪਿਆ ਕਿ ਸਾਨੂੰ ਖੂਨ ਚਾਹੀਦਾ ਅਸੀਂ ਤੈਨੂੰ ਕਿੱਥੋਂ ਖੂਨ ਲਿਆ ਕੇ ਦੇਈਏ ਕਿ ਤੈਨੂੰ ਲੱਗਦਾ ਅਸੀਂ ਕਿਸੇ ਹਸਪਤਾਲ 'ਚ ਬੋਤਲਾਂ ਚੋਰੀ ਕਰਨ ਜਾਈਏ ਮੈਨੂੰ ਇਨਸਾਨੀ ਖੂਨ ਦੀ ਭੁੱਖ ਆ ਇਨਸਾਨੀ ਖੂਨ ਦੀ ਭੁੱਖ ਆ ਚੱਲ ਪੁੱਤਰ ਤੇ ਥੋੜ੍ਹਾ ਆਉਣਾ ਦੇ ਦੇ ਕੋਲਿਕ ਮੈਂ ਤਾਂ ਕਹਿੰਦਾ ਇਹਨੂੰ ਭਜਾਓ ਜੀ ਇੱਥੋਂ ਹੀ ਅੱਛਾ ਕੋਟ ਤੂੰ ਉਹਦਾ ਪਾ ਲਿਆ ਖੁਰਕ ਤੂੰ ਉਹਦੇ ਕੋਟ 'ਚ ਪਾ ਦੇਣੀ ਭਜਾਓ ਉਹਨੂੰ ਇੱਥੋਂ ਦੀ ਹਨਾ ਨਹੀਂ ਮੈਨੂੰ ਖੁਰਕ ਵਾਲਾ ਖੂਨ ਨਹੀਂ ਚਾਹੀਦਾ ਹਾਂ ਕਿਹੜਾ ਚਾਹੀਦਾ ਫਿਲਟਰ ਵਾਲਾ ਖੂਨ ਚਾਹੀਦਾ ਪਿੱਸੂ ਵਾਲਾ ਚੱਲੇਗਾ ਸਾਡੇ ਕੁੱਤਾ ਫਿਰਦਾ ਉਹਦਾ ਦੇਖ ਲੈਨੇ ਬਿੱਸੂ ਵਾਲਾ ਚੱਲੂਗਾ ਠਹਿ ਕਰਦਾ ਗੱਲ ਤੇਰੇ ਨਾਲ ਮੈਨੂੰ ਜਰਾ ਇਧਰ ਗੱਲ ਕਰ ਲੈਂਦੇ ਪਹਿਲੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕੌਣ ਸਾਹਿਬ ਦੀਪਕ ਬੋਲਦੇ ਆ ਭਾਜੀ ਅਰੇ ਅਰੇ ਦੀਪਕ ਜਲੇ ਅੰਧੇਰਾ ਮਿਟੇ ਤੇ ਦੀਪਕ ਜਲੇ ਤੇ ਜਲਦਾ ਰਵੇ ਫਿਰ ਐਂ ਕਰੀ ਮਤਲਬ ਐਸੇ ਹੀ ਇੱਕ ਲਾਈਨ ਆਈ ਹੈ ਰੋਸ਼ਨੀ ਆਏ ਦੀਪਕ ਚਲੇ ਗਏ ਜੀ ਓਏ ਭਾਬੀ ਦਾ ਨਾਂ ਕੁਛ ਹੋਰ ਆ ਤੂੰ ਰੋਸ਼ਨੀ ਵਿੱਚ ਆਵੇ ਪਾਤੀ ਪੱਲੋਂ ਹੀ ਰੋਸ਼ਨੀ ਉਹ ਵਾਲੀ ਚਾਨਣ ਵਾਲੀ ਹੈ ਚਾਨਣ ਚਾਨਣ ਆ ਅੱਛਾ ਚਾਨਣ ਵਾਲੀ ਚਾਨਣ ਦੀ ਕੁੜੀ ਆ ਰੋਸ਼ਨੀ ਚਾਨਣ ਵਾਲੀ ਰੋਸ਼ਨੀ ਦੀ ਜੋਤੀ ਹੁੰਦੀ ਆ ਜੀ ਉਹ ਜੋਤੀ ਹੁੰਦੀ ਸਰ ਉਹ ਜੋਤੀ ਉਹਦੀ ਤਾਈ ਦੀ ਕੁੜੀ ਕੀ ਕਰਨ ਡਿਆ ਤੁਸੀਂ ਹਾਏ ਸਰ ਜਦੋਂ ਦੀਵਾ ਵਗਦਾ ਤੇ ਉਹਦੀ ਜੋਤੀ ਨਾਲ ਪ੍ਰਕਾਸ਼ ਹੁੰਦਾ ਦੀਵਾ ਉਹਦਾ ਸਾਡੂ ਆ ਕੀ ਯਾਰ ਕੀ ਕਰਨ ਡਿਆ ਪਿੰਕੀ ਮੋਗੇ ਵਾਲੀ ਵਾਹ ਵਾਹ ਤੇਰੀ ਕਮੀ ਹੀ ਹੋਰ ਹੀ ਪਿੰਡ ਲੈ ਜਾ ਸਾਨੂੰ ਜਾਣਾ ਦੇ ਨੇ ਆਪਣੇ ਪਿੰਡ ਜਿਹੜਾ ਸਰ ਮੜੂ ਮੜ ਕੇ ਮਰ ਜਾਣਾ ਹਾਂਜੀ ਹਾਂਜੀ ਹੋਰ ਦੀਪਕ ਜੀ ਹਾਂਜੀ ਠੀਕ ਹੈ ਭਾਜੀ ਵਧੀਆ ਤੇ ਕੀ ਬਸ ਆਹੀ ਗੱਲ ਕਰੀ ਗਈ ਵਾਰ ਵਾਰ ਕੀ ਹਾਲ ਹੈ ਠੀਕ ਹੈ ਮੈਂ ਦੱਸ ਤੀ ਤੂੰ ਸੁਣਾ ਠੀਕ ਹੈ ਹੋਰ ਮੈਂ ਠੀਕ ਹਾਂ ਸੇ ਠੀਕ ਹੈ ਜੁੜੇ ਦੇ ਕੋਟ ਹੀ ਬਹੁਤ ਸੋਹਣਾ ਲੱਗਦਾ ਵਾਹ ਵਾਹ ਰੱਖ ਲਈਏ ਜੀ ਟੌਰ ਕੱਢਦਾ ਟੌਰ ਵਾਹ ਆ ਦੇਖ ਲਓ ਮਸਾਂ ਹੀ ਵਿੱਚ ਐਦਾਂ ਨਹੀਂ ਲੱਗਦਾ ਜਦੋਂ ਛੋਟੇ ਛੋਟਾ ਵਕੀਲ ਹੁੰਦਾ ਇਹਦੇ ਕੋਲ ਨਿੱਕੇ ਕੇਸ ਆਉਂਦੇ ਕੀੜੀਆਂ ਕੂੜੀਆਂ ਦੇ ਹਾਂਜੀ 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 ਸਹੀ ਗੱਲ ਸਹੀ ਗੱਲ ਹੈ ਹਾਂਜੀ ਹਾਂਜੀ ਪਿੱਛੇ ਹੀ ਇਹਨੇ ਕਿਸੇ ਕੀੜੀ ਨੂੰ ਤਲਾਕ ਕਰਵਾਈ ਆ ਉਹ ਕੇਸ ਹੈ ਇਹਦੇ ਕੋਲ ਹੀ ਅੱਛਾ ਜੀ ਹਾਂਜੀ 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 ਠੀਕ ਹੈ ਲਵ ਯੂ ਹੋਣੀ ਆ ਗਿਆ ਭਾਜੀ ਹਾਂ ਹੈ ਸੱਚੀ ਹਾਂ ਮੈਂ ਝੂਠ ਹੈ ਕਿੱਥੇ ਗਏ ਸੀ ਸਾਨੂੰ ਪਤਾ ਹੀ ਨਹੀਂ ਚਲੋ ਮੈਂ ਸੁਣਾਣਾ ਤੁਹਾਨੂੰ ਇੱਕ ਵਾਰੀ ਗਾਣਾ ਤਾਂਗਾਂ ਵਾਲੇ ਨੈਣ ਕਦੋਂ
ਸੁੱਖ ਨਾਲ ਸੋਣਗੇ ਹੋ ਤੰਗਾਂ ਵਾਲੇ ਨੈਣ ਕਦੋਂ ਸੁੱਖ ਨਾਲ ਸੋਣਗੇ ਹੋ ਸੁੱਖ ਸਾਡੇ ਲੁੱਟੇ ਜਿੰਨੇ ਉਹ ਫੇਰਾ ਕਦੋਂ ਪਾਉਣਗੇ ਹੋ ਤੰਗਾਂ ਵਾਲੇ ਨੈਣ ਕਦੋਂ ਸੁੱਖ ਨਾਲ ਸੋਣਗੇ ਕੈਸਾ ਲੱਗਾ ਵੀ ਵਧੀਆ ਜੀ ਸਰ ਆਪਣੇ ਵੱਲ ਤਾਂ ਕਲੀਅਰ ਹੁੰਦੀ ਗੱਲ ਬੇਟਾ ਹਜ਼ੂਰ ਸਾਨੂੰ ਸਾਡੀ ਇੱਜ਼ਤ ਵਾਪਸ ਦਿਵਾ ਪਹਿਲੇ ਉਦਾਂ ਹੁਣ ਹਜ਼ੂਰ ਤੇ ਹੀ ਆ ਗਿਆ ਤਰਲਿਆਂ ਤੇ ਹੀ ਆ ਗਿਆ ਲਵ ਯੂ ਸੀ ਮੈਂ ਤੂੰ ਬੱਚੇ ਕਹਿੰਦਾ ਹੈ ਲਵ ਯੂ ਸੀ ਮੈਂ ਚੋ ਟੱਕਰੀ ਭੂਤ ਟੱਕਰਿਆ ਬਣ ਜਾਏਗਾ ਪੱਕਾ ਹਾਂਜੀ ਬਣ ਗਿਆ ਲਵ ਯੂ ਸੀ ਮੈਂ ਚੋ ਟੱਕਰੀ ਭੂਤ ਟੱਕਰਿਆ ਮੈਨੂੰ ਕਹਿੰਦਾ ਆ ਕਰ ਦੂੰ ਤੈਨੂੰ ਉਹ ਕਰ ਦੂੰ ਐਂਡ ਵਿੱਚ ਲਵ ਯੂ ਪਤਾ ਕੀ ਕਹਿੰਦੀ ਸੀ ਕੀ ਕਹਿੰਦੀ ਚਿੰਬੜ ਜਾ ਆ ਜਾ ਚਿੰਬੜ ਜਾ ਗਾਣਾ ਸਰ ਬੜੀ ਸ਼ਰਮ ਵਾਲੀ ਗੱਲ ਹੈ ਜੇ ਗਾਣਾ ਵੀ ਗਾਇਆ ਇਦਾਂ ਦਾ ਤੇ ਚਿੰਬੜ ਜਾ ਸਰ ਤੂੰ ਟ੍ਰਾਂਸਫਾਰਮਰ ਤੇ ਸਰ ਕਹਿੰਦਾ ਚਿੰਬੜ ਜੂ ਤੇ ਮਤਲਬ ਇਦਾਂ ਮੈਨੂੰ ਇਹ ਚੀਜ਼ ਦੱਸ ਕੀ ਹੋਇਆ ਹੱਥ ਲੈਂਦੇ ਵਾਹ 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 ਅੱਛਾ ਭੂਤ ਸਾਹਿਬ ਮੈਨੂੰ ਇਹ ਦੱਸੋ ਤੁਸੀਂ ਕਹਿੰਦੇ ਹੋ ਤੁਸੀਂ ਬੱਚੇ ਡਰਦੇ ਨੀ ਬੱਚੇ ਡਰਦੇ ਕਿਉਂ ਬੱਚਿਆਂ ਨੂੰ ਡਰਾਉਣਾ ਕਿਉਂ ਜਾਂਦੇ ਤੁਸੀਂ ਦੇਖੋ ਜਦੋਂ ਇਹ ਸਾਡਾ ਕਸੂਰ ਨਹੀਂ ਗਾ ਕਿਹਦਾ ਕਸੂਰ ਮਾਂ ਪਿਓ ਦਾ ਤੇ ਚਲੋ ਹੈ ਹੀ ਆ ਉਹਦਾ ਦੱਸੋ ਵੈਸੇ ਜਦੋਂ ਬੱਚੇ ਛੋਟੇ ਹੁੰਦੇ ਮਾਂ ਪਿਓ ਦਾ ਵੀ ਅਸੀਂ ਕਸੂਰ ਮੰਨਦੇ ਥੋੜਾ ਥੋੜਾ ਹੁੰਦਾ ਜਦੋਂ ਉਹਨਾਂ ਦੇ ਬੱਚਿਆਂ ਦੇ ਮਨ 'ਚ ਡਰ ਪਾ ਦਿੰਦੇ ਆ ਅੱਛਾ ਵੈਸੇ ਅਸੀਂ ਹੁੰਦੇ ਨਹੀਂ ਜਦੋਂ ਸਾਨੂੰ ਯਾਦ ਕਰਦੇ ਉਦੋਂ ਅਸੀਂ ਹੁੰਦੇ ਆ ਵਾਹ 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 ਤੇ ਕੀ ਬੱਚੇ ਤੁਹਾਨੂੰ ਕਿਉਂ ਨਹੀਂ ਦੱਸਦੇ ਕੀ ਕਹਿੰਦੇ ਬੱਚੇ ਤੁਹਾਨੂੰ ਬੱਚੇ ਨੂੰ ਕੱਲ ਮੈਂ ਕ੍ਰਿਕਟ ਖੇਡ ਰਹੀ ਸੀ ਮੈਂ ਬੱਚੇ ਨੂੰ ਕਿਹਾ ਬੇਗਾ ਮੈਂ ਭੂਤ ਆ ਕਹਿੰਦਾ ਪਾਸੇ ਹੋ ਯਾਰ ਚੌਕਾ ਰੋਕੇਗਾ ਲਓ ਜੀ ਜੇ ਲੋਕੀ ਨਾਰੀਅਲ 15 ਰੁਪਏ ਦਾ ਨਾਰੀਅਲ ਲੈ ਕੇ ਨਹਿਰ ਵਿੱਚ ਤਾਰਦੇ ਆ ਸਾਨੂੰ ਵੀ ਸਾਡੇ ਤੱਕ ਪਹੁੰਚਣਾ ਚਾਹੀਦਾ ਲੋਕੀ ਪਹਿਲਾਂ ਹੀ ਜਾਲੀ ਲਾ ਕੇ ਬੈਠੇ ਹੁੰਦੇ ਆ ਜੀ ਲਓ ਜੀ ਉੱਥੇ ਤਾਂ ਡਿਰ ਗਏ ਹੁੰਦੇ ਨਾ ਬਾਅਦ ਵਿੱਚੋਂ ਕੱਢ ਕੇ ਤੋੜ ਕੇ ਤੇ ਉੱਥੇ ਟੋਲ ਟੈਕਸ ਲੱਗ ਵੇਚਣ ਦੇ ਹੁੰਦੇ ਜਾਂ ਦੱਸੋ ਇੰਨਾ ਕੁ ਕੱਟ ਕੇ ਰੱਖ ਦੇਣਗੇ ਕਹਿਣਗੇ ਜਿਹਦੇ ਨਾਂ ਦਾ ਕੱਢਾ ਬਈ ਆਪੇ ਖਾ ਲਈ ਲਓ ਉਹ ਵੀ ਕਾਂਕੂ ਲੈ ਜਾਂਦਾ ਚੱਕ ਕੇ ਸਾਡੇ ਪੱਲੇ ਕੀ ਪੈਂਦਾ ਤੁਹਾਡੇ ਪੱਲੇ ਕੁਛ ਨਹੀਂ ਵੀ ਦੇਖੋ ਵੀ ਪ੍ਰੋਬਲਮ ਤੇ ਜੈਨੂਨ ਪੂਤ ਸਾਹਿਬ ਹਾਂਜੀ ਅੱਛਾ ਪੂਤ ਸਾਹਿਬ ਇੱਕ ਚੀਜ਼ ਹੋਰ ਦੱਸੋ ਕਿ ਜਿੱਦਾਂ ਅਸੀਂ ਸੁਣਿਆ ਕਿ ਟੂਣਾ ਕਰ ਦੋ ਜਾਂ ਨਿੰਬੂ ਮਿਰਚੀ ਲਾ ਦੋ ਤੇ ਤੁਹਾਡੇ ਵਰਗੀਆਂ ਚੀਜ਼ਾਂ ਦੂਰ ਰਹਿੰਦੀਆਂ ਇਹ ਸੱਚ ਸੱਚ ਹੈ ਜੀ ਅੱਛਾ ਤੁਸੀਂ ਦੂਰ ਰਹਿੰਦੇ ਹੋ ਨਿੰਬੂ ਮਿਰਚੀ ਤੋਂ ਤੁਹਾਨੂੰ ਕੀ ਐਲਰਜੀ ਹੈ ਐਲਰਜੀ ਨਹੀਂ ਜੀ ਬਸ ਉਹ ਐਦਾਂ ਵੀ ਇੱਕ ਸ਼ਗਨ ਹੁੰਦਾ ਅੱਛਾ ਜਿੱਦਾਂ ਨਿੰਬੂ ਦੇਤਾ ਕਿਸੇ ਨੇ ਹੁਣ ਤੁਹਾਡੀ ਚਾਚੀ ਦੀ ਕੁੜੀ ਦਾ ਵਿਆਹ ਜਿੱਥੇ ਸ਼ਗਨ ਹੁੰਦਾ ਨਹੀਂ ਨਹੀਂ ਨਿੰਬੂ ਦੀ ਗੱਲ ਤੇ ਆਈ ਹੈ ਨਾ ਅੱਛਾ ਅੱਛਾ ਨਿੰਬੂ ਜਿੱਦਾਂ ਨਿੰਬੂ ਦੇਤਾ ਉਹਦੀ ਅਸੀਂ ਸਕੰਜੀ ਵੀ ਬਣਾ ਲਈਦੀ ਆ ਹਾਂ ਤੇ ਮਿਰਚ ਦੀ ਅਸੀਂ ਤੜਕਾ ਤੁੜਕਾ ਲਾ ਕੇ ਖਾ ਲਈਦਾ ਬਸ ਐਦਾਂ ਸ਼ਗਨ ਹੀ ਹੁੰਦਾ ਜੀ ਓਹੋ ਮਤਲਬ ਤੁਸੀਂ ਡਰਦੇ ਨਹੀਂ ਹੋ ਤੁਹਾਨੂੰ ਐਡਾ ਕੋਈ ਉਹ ਨਹੀਂ ਨਾ 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 ਅਸੀਂ ਨਹੀਂ ਕਿਤੋਂ ਡਰਦੇ ਅਸਲ ਵਿੱਚ ਅਸੀਂ ਡਰਾਉਣੇ ਆ ਇਹ ਵੀ ਹੁੰਦਾ ਕਿ ਤੁਸੀਂ ਕਿਸੇ ਦੇ ਸਰੀਰ ਦੇ ਅੰਦਰ ਵੜ ਜਾਂਦੇ ਹੋ ਹਾਂਜੀ ਹਾਂਜੀ ਜੇ ਚੰਗਾ ਸਰੀਰ ਹੋਵੇ ਵੜ ਜਾਈਦਾ ਤੇ ਤੁਹਾਡੇ ਕੋਲ ਘਰ ਨਹੀਂ ਰਹਿੰਦਾ ਕਿਸੇ ਦੇ ਅੰਦਰ ਹੀ ਕਿਉਂ ਵੜਦੇ ਹੋ ਤੁਸੀਂ ਅਸੀਂ ਰਹਿੰਦੇ ਆ 4-5 ਜਣੇ ਰਹਿੰਦੇ ਆ ਫਲੈਟ ਤੇ 2BHK ਅੱਛਾ ਭੂਤਾ ਭੂਤਾ ਨੇ ਹਾਂ ਹਾਂ ਸਟਰਗਲਰ ਭੂਤ ਹੋਣੇ ਨੇ ਤੁਸੀਂ ਸਾਰੇ ਅੱਛਾ ਤੇ ਰੋਟੀ ਰੋਟੀ ਫਿਰ ਕਿੱਦਾਂ ਮੰਗਾਉਂਦੇ ਰੋਟੀ ਖਾਂਦੇ ਨਹੀਂ ਢਿੱਡ ਹੈ ਨਹੀਂ ਸਾਡੇ ਅੱਛਾ ਤੇ ਅਦਾਂ ਹੀ ਘੁੰਮ ਘੁੰਮ ਕੇ ਗੁਜ਼ਾਰਾ ਕਰ ਲਈਦਾ ਕਿ ਢਿੱਡ ਨਹੀਂ ਹੁੰਦੇ ਤੁਹਾਡੇ ਨਾ ਨਾ ਹੈ ਜਿੱਦਾਂ ਤੁਹਾਡੀਆਂ ਸ਼ਕਲਾਂ ਹੋਣਾ ਤੇ ਸ਼ਕਲਾਂ ਦਾ ਵੀ ਨਹੀਂ ਬਣਦਾ ਪਰ ਇਹ ਹੈ ਕਿ ਚਲੋ ਢਿੱਡ ਨਹੀਂ ਤੇ ਗੱਲ ਵੱਖਰੀ ਹੈ ਯਾਰ ਅਸੀਂ ਨਾ ਪੜ੍ਹੇ ਲਿਖੇ ਭੂਤ ਆ ਅੱਛਾ ਇਹ ਗੱਲ ਨਹੀਂ ਦੱਸੀ ਤੁਸੀਂ ਪਹਿਲੇ ਮੈਨੂੰ ਜ਼ਿੰਦਗੀ ਦੇ ਵਿੱਚ ਬੜੀਆਂ ਤਾਨੇ ਮਿਲੇ ਲੋਕਾਂ ਦੇ ਅੱਛਾ ਭੂਤ ਰੋਣ ਲੱਗ ਗਈ ਬੜੀਆਂ ਗੱਲਾਂ ਸੋਚਦੀਆਂ ਭੂਤ ਸਾਹਿਬ ਯਾਦ ਕਰਕੇ ਆਇਆ ਕਰੋ
ਤੇ ਜਾਂ ਤਰੀਕੇ ਨਾਲ ਖਾ ਕੇ ਕਰਿਆ ਕਰੋ ਠੀਕ ਆ।